ਆਪਾਂ ਗੱਲ ਕਰਾਂਗੇ ਹੈਮਰ ਦੀ। ਹੈਮਰ ਦਾ ਅੱਜ ਆਪਾਂ ਤੁਹਾਨੂੰ ਪੂਰਾ ਰਿਵਿਊ ਦਿਖਾਵਾਂਗੇ ਵੀਡੀਓ ਦੇ ਵਿੱਚ, ਹੈਮਰ ਆਪਾਂ ਨੂੰ ਕਿੱਥੇ ਕੀ ਕੰਮ ਆਊਗੀ ਅਤੇ ਹੈਮਰ ਆਪਾਂ ਨੂੰ ਕਿੰਨੇ ਕੁ ਬਜਟ 'ਚ ਮਿਲ ਜੂਗੀ। ਦੋਸਤੋ ਬਣੇ ਰਹੋ ਤੁਸੀਂ ਵੀਡੀਓ ਦੇ ਅੰਤ ਤੱਕ। ਨਮਸਕਾਰ ਦੋਸਤੋ, ਆਪਣੇ ਇੱਕ ਹੋਰ ਵੀਡੀਓ ਦੇ ਵਿੱਚ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਆਪਣੇ ਚੈਨਲ ਦੇ ਉੱਤੇ। ਅਗਰ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਕਰ ਲਿਓ ਸਬਸਕ੍ਰਾਈਬ ਅਤੇ ਲਾਈਕ ਜ਼ਰੂਰ ਕਰਨਾ ਵੀਡੀਓ ਨੂੰ, ਅਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦੇਣਾ। ਅਗਰ ਤੁਸੀਂ ਫੇਸਬੁੱਕ ਪੇਜ 'ਤੇ ਦੇਖ ਰਹੇ ਹੋ ਤਾਂ ਆਪਣੇ ਫੇਸਬੁੱਕ ਪੇਜ ਨੂੰ ਫੋਲੋ ਜ਼ਰੂਰ ਕਰ ਲੈਣਾ ਦੋਸਤੋ, ਤਾਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਨਾ। ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਹੈਮਰ ਦੀ ਗੱਲ ਕਰੀ ਸੀਗੀ, ਤਾਂ ਆਪਣੇ ਹੱਥ 'ਚ ਹੈਗੀ ਹੈ ਹੈਮਰ ਜਿਹੜੀ, ਇਹਨੂੰ ਹੈਮਰ ਨੂੰ ਬੋਲਦੇ ਆ LT ਹੈਮਰ। ਇੱਕ ਆਪਣੇ ਕੋਲ ਹੈਮਰ ਆਉਂਦੀ ਹੈ ਡਰਿੱਲ ਹੈਮਰ, ਹੈਮਰ ਡਰਿੱਲ ਆਉਂਦੀ ਹੈ ਜਿਹੜੀ ਆਪਾਂ ਨੂੰ ਦੀਵਾਰ ਦੇ ਵਿੱਚ ਸੱਲ ਮਾਰਨ ਨੂੰ ਕੰਮ ਆਉਂਦੀ ਹੈ। ਇਹ ਆਉਂਦੀ ਹੈ ਹੈਮਰ LT ਹੈਮਰ, ਜੋ ਕਿ ਆਪਾਂ ਨੂੰ ਤੋੜਾ ਪੌੜੀ ਦੇ ਵਿੱਚ ਕੰਮ ਆਉਂਦੀ ਹੈ, ਜੋ ਕਿ ਆਪਾਂ ਕੁੱਡਾ ਮਾਰਨਾ ਹੈ ਜਾਂ ਫਿਰ ਆਪਾਂ ਕੋਈ ਚਿਰੀ ਮਾਰਨੀ ਹੈ ਤਾਂ ਹੈਮਰ ਆਪਾਂ ਨੂੰ ਕੰਮ ਬਹੁਤ ਆਉਂਦੀ ਹੈ। ਇਹ ਸਾਰਿਆਂ ਨੂੰ ਜ਼ਿਆਦਾ ਕੰਮ ਪਲੰਬਿੰਗ ਲਾਈਨ ਦੇ ਵਿੱਚ, ਔਰ ਇਲੈਕਟ੍ਰੀਸ਼ੀਅਨ ਜਿਹੜੇ ਲਾਈਟ ਫਿਟਿੰਗ ਦਾ ਕੰਮ ਕਰਦੇ ਹੈ, ਕੰਸਟਰਕਸ਼ਨ ਵਰਕਰ ਹੈ ਜਿਹੜੇ ਲੇਬਰ ਸਟਾਫ ਦੇ ਮਜ਼ਦੂਰ ਹੈ, ਉਹਨਾਂ ਨੂੰ ਵੀ ਬਹੁਤ ਵਧੀਆ ਇਹ ਸਹਾਇਕ ਬਣੀ ਹੈ। ਤਾਂ ਪਹਿਲਾਂ ਆਪਾਂ ਥੋੜ੍ਹੀ ਛਣੇ ਨਾਲ ਜਿਹੜਾ ਕੰਮ ਕਰਦੇ ਸੀ, ਜਿਹੜਾ ਕੰਮ ਆਪਾਂ 1 ਘੰਟੇ ਦੇ ਵਿੱਚ ਕਰਦੇ ਸੀ, ਉਹ ਆਪਣਾ ਕੰਮ ਹੁਣ 15 ਤੋਂ 20 ਮਿੰਟਾਂ ਦੇ ਵਿੱਚ ਆਪਣਾ ਕੰਮ ਕੰਪਲੀਟ ਹੋਜੂਗਾ। ਦੋਸਤੋ ਹੈਮਰ ਆਪਾਂ ਨੂੰ ਲਾਈਟ 'ਤੇ ਚੱਲਣ ਵਾਲੀ ਹੈਮਰ ਹੈ, ਤਾਂ ਦੋਸਤੋ ਇਹਦੇ ਵਿੱਚ ਇੱਕ ਪੁਸ਼ ਬਟਨ ਹੈ, ਇੱਥੇ ਹੈਂਡਲ ਵਾਲੀ ਜਗ੍ਹਾ 'ਤੇ ਆਪਾਂ ਨੂੰ ਪੁਸ਼ ਬਟਨ ਦੇ ਰੱਖਿਆ। ਦੋਸਤੋ ਆਪਾਂ ਜਦੋਂ ਇਹਨੂੰ ਪੁਸ਼ ਬਟਨ ਨੂੰ ਦਬਾਵਾਂਗੇ ਤਾਂ ਆਪਣਾ ਹੈਮਰ ਵਰਕ ਕਰਨਾ ਚਾਲੂ ਹੋਜੂਗਾ। ਦੋਸਤੋ ਇਹ ਆਪਣੇ ਕੋਲ ਹੈਮਰ 7 kg ਵੇਟ ਦਾ ਹੈਮਰ ਹੈ ਜਿਹੜਾ ਤੁਹਾਨੂੰ ਆਪਾਂ ਦੱਸਿਆ, ਤਾਂ ਦੋਸਤੋ 220 ਵਾਟ ਦਾ ਇਹ, 220 ਵਾਟ ਲਾਈਟ 'ਤੇ ਚੱਲੂਗਾ, 2900 ਰਾਊਂਡ ਪਰ ਮਿੰਟ RPM, ਮਤਲਬ ਇਹਦਾ 1 ਮਿੰਟ ਦੇ ਵਿੱਚ 2900 ਰਾਊਂਡ ਹੈ, ਇਹ 2960 ਵੱਜਦੀ ਹੈ। ਦੋਸਤੋ ਆਪਣੇ ਕੋਲ ਜਿਹੜੀ ਅੱਗੇ ਛੇਣੀ ਲੱਗੀ ਹੋਈ ਹੈ, ਇਹਦੇ ਵਾਲੀ ਥਾਂ 'ਤੇ ਆਪਾਂ ਸੁੰਬਾ ਵੀ ਲਾ ਸਕਦੇ ਹਾਂ। ਇਹ ਜਿਹੜੀ ਛੇਣੀ ਹੈ ਦੋਸਤੋ, ਇਹ ਛੇਣੀ ਆਪਾਂ 5 ਸੂਤ ਯਾਨੀ ਕਿ 17 mm ਦੀ ਛੇਣੀ ਇਹਦੇ ਵਿੱਚ ਲੱਗੀ ਹੋਈ ਹੈ। ਇਹ 17 mm ਤੋਂ ਉੱਤੇ ਛੇਣੀ ਨਹੀਂ ਲੱਗਦੀ ਦੋਸਤੋ, ਨਾ ਸੁੰਬਾ ਲੱਗੇ ਦੋਸਤੋ। ਤਾਂ ਆਪਾਂ ਇੱਥੋਂ ਜਦੋਂ ਛੇਣੀ ਚੇਂਜ ਕਰਨਾ ਚਾਹੁੰਦੇ ਹਾਂ ਤਾਂ ਆਪਾਂ ਨੂੰ ਇਹ ਪੁਸ਼ ਕਰਕੇ ਇਹ ਲੋਕ ਪੁਸ਼ ਕਰਾਂਗੇ ਤਾਂ ਆਪਣੀ ਛੇਣੀ ਬਾਹਰ ਨਿਕਲ ਜੂਗੀ, ਇੱਥੇ ਆਪਾਂ ਦੂਜੀ ਛੇਣੀ ਲਾ ਸਕਦੇ ਹਾਂ ਜਾਂ ਸੁੰਬਾ ਲਾ ਸਕਦੇ ਹਾਂ। ਅਤੇ ਇਹਦੀ ਛੇਣੀ ਦੀ ਲੰਬਾਈ ਵੀ ਆਪਾਂ ਨੂੰ ਮਿਲ ਸਕਦੀ ਹੈ, ਜੇ ਆਪਾਂ ਲੰਬਾਈ ਲੈਣੀ ਚਾਹੀਏ ਥੋੜ੍ਹੀ ਬਹੁਤ 18 ਇੰਚ ਤੱਕ ਆਪਾਂ ਨੂੰ ਲੰਬਾਈ ਮਿਲ ਜੂ ਦੋਸਤੋ ਇਹਦੀ। ਅਤੇ ਆਪਣੇ ਕੋਲ ਲਗਭਗ 9 ਤੋਂ 10-12 ਇੰਚ ਦੀ ਛੇਣੀ ਇਹਦੇ ਵਿੱਚ ਲੱਗੀ ਹੋਈ ਹੈ, ਤਾਂ ਆਪਾਂ ਨੂੰ 9-10 ਇੰਚ ਆਪਣੀ ਦੀਵਾਰ ਦੇ ਵਿੱਚ ਖੁੱਡਾ ਮਾਰਨ ਨੂੰ ਵਧੀਆ ਕੰਮ ਦਿੰਦੀ ਹੈ। ਦੋਸਤੋ ਆਪਾਂ ਨੂੰ ਹੈਂਡਲ ਇੱਕ ਫੜਨ ਨੂੰ ਮਿਲੂ ਇਹਦੇ ਵਿੱਚ, ਇਹਦੇ ਵਿੱਚ ਦੋਸਤੋ 3 ਪਿਸਟਨ ਇਹਦੇ ਵਿੱਚ ਚੱਲਦੇ ਆ ਦੋਸਤੋ, ਇੱਥੇ ਆਪਣੇ 3 ਪਿਸਟਨ ਕੰਮ ਕਰਦੇ ਆ ਇਹਦੇ ਉੱਤੇ, ਇਹਦੇ ਛੇਣੀ ਦੇ ਉੱਤੇ 3 ਪਿਸਟਨ ਮਾਰਦੇ ਆ, ਉਸ ਤੋਂ ਬਾਅਦ ਦੋਸਤੋ ਇਹ ਵਰਕ ਕਰਦੀ ਹੈ। ਤਾਂ ਆਪਣੇ ਜਦੋਂ ਆਪਾਂ ਨੋਰਮਲ ਦਬਾਉਂਦੇ ਹਾਂ ਇਹਨੂੰ ਤਾਂ ਆਪਣਾ ਇਹ ਆਪਾਂ ਛੇਣੀ ਕੰਮ ਨਹੀਂ ਕਰਦੀ, ਆਪਣਾ ਇਹ ਛੇਣੀ ਅਜੇ ਕੰਮ ਨਹੀਂ ਕਰਨ ਲੱਗੇਗੀ। ਛੇਣੀ ਜਦੋਂ ਕੰਮ ਕਰਨ ਲੱਗੂ, ਜਦੋਂ ਆਪਾਂ ਹੈਮਰ ਨੂੰ ਐਂ ਪੁਸ਼ ਕਰਾਂਗੇ ਪੂਰੀ ਪਿੱਛੋਂ ਐਂ ਦਾਬ ਦੇਵਾਂਗੇ, ਉਸ ਟਾਈਮ ਆਪਣੀ ਹੈਮਰ ਕੰਮ ਕਰਨਾ ਚਾਲੂ ਹੋ ਜੂਗਾ। ਤਾਂ ਆਪਾਂ ਤੁਹਾਨੂੰ ਵੀਡੀਓ ਦੇ ਵਿੱਚ ਬਣੇ ਰਹੋ, ਰਿਵਿਊ ਪੂਰਾ ਦਿਖਾਵਾਂਗੇ ਇਹਦਾ, ਕਿ ਆਪਾਂ ਤੁਹਾਨੂੰ ਥੋੜ੍ਹਾ ਰਿਵਿਊ ਹੋਰ ਦਿਖਾਉਂਦੇ ਹਾਂ ਇਹਦਾ, ਕੁੱਡਾ ਮਾਰਨ ਦਾ ਸਟਾਈਲ ਔਰ ਚਲਾਉਣ ਦਾ ਤਰੀਕਾ ਦੋਸਤੋ। ਅਤੇ ਆਪਾਂ ਨੂੰ ਬਹੁਤ ਈਜ਼ੀਲੀ ਚਲਾਉਣ 'ਚ ਬਹੁਤ ਈਜ਼ੀਲੀ ਹੈ, ਅਤੇ ਕੁੱਡਾ ਮਾਰਨਾ ਤਾਂ ਬਿਲਕੁਲ ਈਜ਼ੀਲੀ ਹੈ ਦੋਸਤੋ, ਕੁੱਡਾ ਮਾਰਨ 'ਚ ਤਾਂ ਕੋਈ ਟਾਈਮ ਹੀ ਨਹੀਂ ਲੱਗਦਾ ਗਾ। ਜਿਹੜਾ ਕੰਮ ਆਪਣਾ ਤੁਹਾਨੂੰ ਦੱਸਿਆ ਸੀਗਾ ਜਿਹੜਾ ਘੰਟੇ 'ਚ ਕੰਮ ਹੋਣਾ, ਉਹ 15 ਤੋਂ 20 ਮਿੰਟਾਂ ਦੇ ਵਿੱਚ ਕੰਮ ਸਲਟਾ ਦੂ ਦੋਸਤੋ। ਖਰੀਦ ਸਕਦੇ ਹਾਂ ਬਾਜ਼ਾਰ ਦੇ ਵਿੱਚੋਂ, ਆਪਾਂ ਨੂੰ ਇਹ ਲਗਭਗ 4 ਤੋਂ 5 ਹਜ਼ਾਰ ਰੁਪਏ ਦੇ ਵਿੱਚ ਨੋਰਮਲ ਮਿਲ ਜਾਂਦੀ ਹੈ ਦੋਸਤੋ। ਤੋਂ ਉਸ ਤੋਂ ਆਪਾਂ ਜੇ ਅਗਰ ਉੱਤੇ ਕੁਆਲਿਟੀ ਦੇ ਹਿਸਾਬ ਨਾਲ ਜਾਂ ਫਿਰ ਵੇਟ ਥੋੜ੍ਹਾ ਜ਼ਿਆਦਾ ਲਵਾਂਗੇ ਤਾਂ ਆਪਾਂ ਨੂੰ ਉਸ ਹਿਸਾਬ ਨਾਲ ਇਹ ਹੈਮਰ ਆਪਾਂ ਨੂੰ ਮਿਲ ਜੂਗੀ। ਤਾਂ ਦੋਸਤੋ ਤੁਸੀਂ ਦੇਖਿਆ ਹੋਊਗਾ ਇਹਦਾ ਰਿਵਿਊ, ਹੈਮਰ ਦਾ ਰਿਵਿਊ ਤਾਂ ਤੁਸੀਂ ਦੇਖ ਹੀ ਲਿਆ ਹੋਊਗਾ ਪੂਰਾ। ਤਾਂ ਦੋਸਤੋ ਲੇਬਰ ਸਟਾਫ ਦੇ ਲਈ ਔਰ ਕੰਸਟਰਕਸ਼ਨ ਲਾਈਨ ਦੇ ਜਿਹੜੇ ਮਿਸਤਰੀ ਜਾਂ ਠੇਕੇਦਾਰ ਹੈ, ਤਾਂ ਉਹਨਾਂ ਦੇ ਲਈ ਬਹੁਤ ਵਧੀਆ ਚੀਜ਼ ਹੈ ਇਹ ਦੋਸਤੋ। ਲੇਬਰ ਸਟਾਫ ਦੇ ਲਈ ਬਹੁਤ ਈਜ਼ੀਲੀ ਹੋ ਗਿਆ, ਮਿਸਤਰੀ ਦੇ ਲਈ ਤਾਂ ਉਮੀਦ ਕਰਦੇ ਹਾਂ ਕਿ ਤੁਹਾਨੂੰ ਵੀਡੀਓ ਵਧੀਆ ਲੱਗਿਆ ਹੋਊ ਦੋਸਤੋ। ਅਗਰ ਜੇ ਤੁਸੀਂ ਚੈਨਲ ਦੇ ਉੱਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਦੋਸਤੋ। ਧੰਨਵਾਦ।